ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ نیوز ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਪੰਜਾਬ ਜਿੱਥੇ ਸਾਰਕਰ ਦੇ પતિ ਪਤਨੀ ਨੂੰ ਕਾਰ ਚਾਲਕ ਨੇ ਧੜਾ ਰਿਆ ਜੀ ਹਾਂ ਮੌਕੇ ਤੇ ਹੋਈ ਮੌਤ ਤਾਜ਼ਾ ਵੱਡੀ ਖਬਰ ਕਮਿਊਨੀਕੇਟ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਆਟੋ ਆ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਹਾਂਜੀ ਇਸ ਵੇਲੇ ਦੀ ਵੱਡੀ ਖਬਰ ਸਾਡੇ ਸਾਹਮਣੇ ਆ ਰਹੀ ਹੈ ਪੂਰਪਰ ਜਾਣਕਾਰਾਂ ਸਾਰ ਇਹ ਖਬਰ ਹਮ ਦਿੜਬਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਗੁਰਦੁਆਰਾ ਬਾਬੇ ਬਾਬੂ ਬੈਰ ਸਿਆਣਾ ਸਾਹਿਬ ਦੇ ਰਾਸ਼ੀmarg ਉੱਤੇ ਸਰਕਾਰੀ પતિ-ਪਤਨ ਨੂੰ ਇੱਕ ਕਾਰ ਚੱਲ ਦੇ ਵੱਲੋਂ ਬੁਰੀ ਤਰ੍ਹਾਂ ਕੁਚਲ ਦਿੱਤਾ ਗਿਆ। ਦੱਸਣ ਜੋਗ ਹੈ ਕਿ 45 ਸਾਲਾਂ ਮਲਕੀਸ਼ ਸਿੰਘ ਤੇ ਉਸ ਦੀ ਪਤਨੀ ਰਾਣੀ ਕੋਰ ਅੱਜ ਸ਼ੁੱਕਰਵਾਰ ਸਵੇਰ ਨੂੰ ਜਦੋਂ ਆਪਣੇ ਘਰ ਤੋਂ ਸੈਰ ਕਰਨ ਲਈ ਇਸ ਸੜਕ ਉੱਪਰ ਨਿਕਲੇ ਸਨ ਤਾਂ ਉਸ ਸਮੇਂ ਇੱਕ ਤੇਜ਼ ਰਫ਼ਤਾਰ ਕਾਰ ਵੱਲੋਂ ਉਹਨਾਂ ਨੂੰ ਕੁਚਲ ਦਿੱਤਾ ਗਿਆ। ਦੱਸਿਆ ਗਿਆ ਹੈ ਕਿ ਇਹ ਕਾਰ ਫੇਰੀ ਸਾਈਡ ਤੋਂ ਆ ਰਹੀ ਸੀ ਜਿੱਥੇ ਰੋਜ਼ਾਨਾ ਦੀ ਤਰ੍ਹਾਂ ਸੈਰ ਕਰਨ ਆਏ ਪਤੀ ਪਤਨੀ ਸਾਸ ਦਾ ਸ਼ਿਕਾਰ ਹੋ ਗਏ ਉੱਥੇ ਘਟਨਾ ਸਥਾਨ ਤੇ ਹੀ ਮੌਤ ਹੋ ਗਈ ਦੱਸਿਆ ਗਿਆ ਹੈ ਕਿ ਪਰਿਵਾਰ ਵੱਲੋਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਆਪਣੇ ਪਿੰਡ ਖਾਨਪੂਰ ਛੱਡ ਕੇ ਡਿੜਬਾ ਵਿਖੇ ਰਹਿ ਰਹੇ ਸਨ ਘਟਨਾ ਦੇ ਕਾਰਨ ਜਿੱਥੇ ਇਲਾਕੇ ਦੇ ਵਿੱਚ ਸੋਗੀ ਲੈ ਉੱਥੇ ਸੈਰ ਕਰਨ ਜਾਣ ਵਾਲੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਹੋ ਚੁੱਕਾ ਹੈ ਖਬਰਾਂ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ